ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅੱਜ ਐਸਜੀਪੀਸੀ ਦੀ ਚੋਣਾਂ ਹੋਣ ਵਾਲੀਆਂ ਤੇ ਇੰਡੀਅਨ ਪੀਸ ਮਿਸ਼ਨ ਦੇ ਪ੍ਰੈਜ਼ੀਡੈਂਟ ਦਿਆ ਸਿੰਘ ਨੇ આરોਪ ਲਾਇਆ ਨੇ ਕਿ ਆਰਐਸਐਸ ਦੇ ਕਰਕੇ ਜੇ ਹੈ ਕਿਤੇ ਨਾ ਕਿਤੇ ਅਕਾਲੀ ਦਲ ਅੱਜ ਬਿਲਕੁਲ ਹੀ ਖਤਮ ਹੋ ਗਿਆ ਕਗਾਰ ਦੇ ਉੱਤੇ ਮੈਂ ਸਮਝਦਾ ਕਿ ਇਹ ਗੱਲ 100 ਸਾਲ ਦਾ ਇਤਿਹਾਸ ਦੀ ਇੱਕ ਅਕਾਲੀ ਦਲ ਹੋ ਜਿਸ ਨੇ ਆਜ਼ਾਦੀ ਦੀ ਲੜਾਈ ਲੜੀ ਹੋਵੇ ਅੱਗੇ ਹੋ ਕੇ ਲੜੀ ਹੋਵੇ ਅੱਜ ਅਕਾਲੀ ਦਲ ਇਸ ਪੋਜੀਸ਼ਨ ਤੇ ਬਣਿਆ ਮੈਂ 2014 ਵਿੱਚ ਇਹ ਗੱਲ ਕਹੀ ਸੀ ਕਿ ਜਿਹੜੀ ਆਰਐਸਐਸ ਹੈ ਉਹ ਵਾਸ਼ ਆਊਟ ਕਰ ਦੇਗੀ ਅਕਾਲੀ ਦਲ ਨੂੰ ਸਿੱਖ ਲੀਡਰਸ਼ਿਪ ਨੂੰ ਵਾਸ਼ ਆਊਟ ਕਰ ਦੇਗੀ। ਉਹਨਾਂ ਨੇ بڑے ਕਰੀਨੇ ਦੇ ਨਾਲ ਅੱਜ ਸਿੱਖ ਲੀਡਰਸ਼ਿਪ ਨੂੰ ਵਾਸ਼ ਆਊਟ ਕਰਤਾ। ਹੁਣ ਕਿਧਰੇ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ। ਮੈਂ 2017 ਵਿੱਚ ਜਦੋਂ ਆਮ ਆਦਮੀ ਪਾਰਟੀ ਇੱਥੇ ਆਈ ਸੀ, ਮੈਂ ਉਸ ਵੇਲੇ ਪ੍ਰੈਸ ਕਲੱਬ ਵਿੱਚ ਕਿਹਾ ਸੀ ਜਲੰਧਰ ਕਿ ਇਹ ਪਹਿਲਾ ਸਟੈਪ ਹੈ ਆਰਐਸਐਸ ਦੇ ਕੋਹੜੇ ਦੇ ਚੜ ਕੇ ਇਹ ਆਮ ਆਦਮੀ ਪਾਰਟੀ ਆਈ ਹੈ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਭਾਜਪਾ ਨੂੰ ਸਿੱਖ ਵੋਟ ਪਾਉਂਦਾ ਨਹੀਂ ਹੈ ਉਹਨਾਂ ਨੇ ਇੱਕ ਐਸੀ ਪਾਰਟੀ ਨੂੰ ਜਿਹੜੀ ਉਹਨਾਂ ਨੂੰ ਗਾਲਾਂ ਕੱਢ ਰਹੀ ਹੋਵੇ ਤੇ ਲੋਕਾਂ ਨੂੰ ਇਹ ਲੱਗੇਗਾ ਕਿ ਇਹ ਪਾਰਟੀ ਸਾਡੀ ਹੈ ਇਹਨਾਂ ਨੂੰ ਵੋਟਾਂ ਪਾ ਦਿਓ ਤੇ 2017 ਵਿੱਚ ਅਸੀਂ ਕਿਹਾ ਕਿ ਇਹ ਗਲਤੀ ਨਾ ਕਰਨਾ ਨਤੀਜਾ ਇਹ ਹੋਇਆ ਕਿ 2017 ਵਿੱਚ ਇਹ ਨਾ ਜਿੱਤ ਸਕੇ ਪਰ ਜਦੋਂ 2022 ਦੀ ਇਲੈਕਸ਼ਨ ਹੋਈ ਉਹ ਬਿਲਕੁਲ ਹੀ ਚੇਂਜ ਆ ਗਈ ਕਿਉਂਕਿ ਉਸ ਵੇਲੇ ਸਾਰੇ ਦਾ ਸਾਰਾ ਅਕਾਲੀ ਦਲ ਥੋੜ ਡਾਊਨ ਮਾਰਦਾ ਰਿਹਾ ਫਿਰ ਅਕਾਲੀ ਦਲ ਦੀ ਸਮੱਸਿਆ ਇਹ ਰਹੀ ਕਿ ਉਹ ਇਹ ਡਿਸਾਈਡ ਹੀ ਨਹੀਂ ਕਰ پا ਰਿਹਾ ਕਿ ਮੈਂ ਕਾਂਗਰਸ ਨਾਲ ਜਾਵਾਂ ਮੈਂ ਇੰਡੀਪੈਂਡੈਂਟ ਕੰਮ ਕਰਾਂ ਜਾਂ ਮੈਂ ਭਾਜਪਾ ਦੀ ਗੋਦ ਬਾਦਲ ਸਾਹਿਬ ਨੇ ਜਿਹੜੇ ਬਾਬਾ ਬੋੜ ਸਨ ਉਹਨਾਂ ਨੇ ਪੂਰੇ ਤੇ ਪੂਰੇ ਅਕਾਲੀ ਦਲ ਨੂੰ ਆਰਐਸਐਸ ਦੀ ਗੋਦ ਚ ਪਾਤਾ ਅੱਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਅਕਾਲੀ ਦਲ ਹੋਵੇ ਉਹ ਕਿਸੇ ਬਲਟੋਹ ਨੇ ਵੀ ਸਵਾਲ ਚੁੱਕੇ ਸੀ ਪ੍ਰਧਾਨ ਸਾਹਿਬ ਤੇ ਹਰਜਿੰਦਰ ਜੀ ਤੇ ਉਹਨਾਂ ਨੇ ਕਿਹਾ ਸੀ ਕਿ ਤਨਾ ਕਿਤੇ ਆਰਐਸਐਸ ਦੇ ਹੱਥਾਂ ਦੇ ਵਿੱਚ ਕਾਰ ਖੇਡ ਰਹੇ ਨੇ ਅਜਿਹੇ ਬਿਆਨ ਲੱਗਦਾ ਤੁਹਾਨੂੰ ਕੀ ਮਤਲਬ ਜਾਰੀ ਕੀਤੇ ਕੇ ਉਸ ਤੋਂ ਬਾਅਦ ਫਿਰ بار-बार ਬਿਆਨਬਾਜ਼ੀ ਚੱਲ ਰਹੀ ਹੈ ਯਾਨੀ ਜਥੇਦਾਰ ਦੇ ਉੱਤੇ ਬਹੁਤ ਸਾਰੇ ਸਵਾਲ ਲਗਾਤਾਰ 1 ਮਹੀਨਾ ਦੇ ਕਰੀਬ ਹੋ ਗਿਆ ਇਹ ਲਗਾਤਾਰ ਚੱਲ ਰਿਹਾ ਹੈ ਮੈਂ ਇਹ ਗੱਲ بار-बार ਕਹਿਣਾ ਕਿ ਜਥੇਦਾਰ ਕੋਈ ਸਰਵਸ਼ਕਤੀਮਾਨ ਨਹੀਂ ਸਿਕਰਤ ਮਰਿਆਦਾ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਰੈਪ੍ਰੈਜ਼ੈਂਟੇਟਿਵਤਾ 6 ਤੇ ਉਹਦਾ ਫਰਜ਼ ਬਣਦਾ ਹੈ ਕਿ ਉਹ ਜੇ ਸੇਦਾਰਾਂ ਦੀ ਅਪਾਇੰਟਮੈਂਟ ਅਪਾਇੰਟਿੰਗ ਵੀ ਅਥਾਰਟੀ ਹੋਈ ਹੈ ਉਹਨਾਂ ਦੀ ਡੈਜ਼ਿਗਨੇਸ਼ਨ ਲੈਣ ਵਾਲੀ ਵੀ ਅਥਾਰਟੀ ਹੋਈ ਹੈ ਉਹਨਾਂ ਨੂੰ ਬਾਹਰ ਕਰਨ ਵਾਲੀ ਅਥਾਰਟੀ ਵੀ ਹੋਈ ਹੈ ਇਹ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਇਨਕਾਰ ਕਰਨਾ ਚਾਹੀਦਾ ਜਿੱਥੋਂ ਤੱਕ ਇਹ ਜਿਹੜਾ ਮਸਲਾ ਹੋਇਆ ਸੁਖਵੀਰ ਬਾਦਲ ਦਾ ਹੋਇਆ ਉਸ ਤੋਂ ਬਾਅਦ ਬਲਟੋਆ ਵਾਲਾ ਹੋਇਆ ਮੇਰਾ ਉਹਨਾਂ ਬਲਟੋਆ ਨਾਲ ਮੈਂ ਸੁਖਵੀਰ ਸਿੰਘ ਬਾਦਲ ਦੇ ਨਾਲ ਮੈਂ ਇਹ ਸਮਝਦਾ ਕਿ ਜਿਹੜੇ ਹਾਲਾਤ ਤੁਸੀਂ 40 ਸਾਲ ਤੋਂ ਪੈਦਾ ਕੀਤੇ ਸਨ ਅੱਜ ਤੁਸੀਂ ਉਸ ਹਾਲਾਤ ਦੇ ਵਿੱਚੋਂ ਗੁਜ਼ਰ ਰਹੇ ਹੋ ਉਹ ਉਹ ਤੋਂ ਤੁਸੀਂ ਰੂਬਰੂ ਹੋ ਰਹੇ ਨਤੀਜਾ ਕੀ ਹੋਇਆ ਕਿ ਜੇ세ਦਾਰ ਅਕਾਲ ਤਖਤ ਆ ਕੇ ਪੰਜ ਬੰਦੇ ਇਕੱਠੇ ਹੋਣ ਚਾਹੀਦਾ ਤਾਂ ਇਹ ਸੀ ਕਿ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਆਫ ਇੰਡੀਆ ਜੇ ਤੁਸੀਂ ਸੌਵਰਨ ਮੰਨਦੇ ਹੋ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਅਬਾਈਡ ਬਾਈ ਦਾ ਐਡਵਾਈਸ ਆਫ ਦਾ ਕਾਉਂਸਲ ਆਫ ਮਿਨਿਸਟਰਸ ਜਥੇਦਾਰ ਅਕਾਲ ਤਖਤ ਵੀ ਕਾਉਂਸਲ ਆਫ ਮਿਨਿਸਟਰਸ ਕਿਹੜੇ ਨੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਗਰ ਤੁਹਾਡੇ ਕੋਲ ਕੋਈ ਮਸਲਾ ਆਂਦਾ ਤੁਹਾਡਾ ਪਹਿਲਾ ਫਰਜ਼ ਬਣਦਾ ਹੈ ਕਿ ਤੁਸੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰੈਫਰ ਕਰੋ ਉਹ ਆਪਣੀ ਕੋਈ ਕਮੇਟੀ ਬਣਾਏ ਉਹਦੀ ਪੁਨਛਾਣ ਹੋਏ ਪੁਨਛਾਣ ਕਰਨ ਤੋਂ ਬਾਅਦ ਉਹ ਜਿਸ ਨਤੀਜੇ ਤੇ ਅਗਰ ਉਹਦੇ ਚ ਡਾਇਵਰਸ਼ਨ ਹੈ ਤੇ ਪੂਰਾ ਹਾਊਸ ਡਿਕਲੇਅਰ ਕਰੇ ਤੇ ਪੂਰੇ ਹਾਊਸ ਦਾ ਜਿਹੜਾ ਫੈਸਲਾ ਹੈ ਉਹ ਕੇਵਲ ਤੇ ਕੇਵਲ ਅਕਾਲ ਤਖਤ ਨੂੰ ਚਾਹੀਦਾ ਹੈ ਕਿ ਅਕਾਲ ਤਖਤ ਅਨਾਉਂਸ ਕਰੇ ਨਾਥਿੰਗ ਮੋਰ ਨਾ ਦੈਟ ਹੋ ਗਈ ਇਥੇ ਪੰਜ ਤੱਕ ਤਾਂ ਸੂ ਮੋਟੋ ਲੈ ਲਿਆ ਗਿਆ ਵਰਟੋ ਆ ਤੇ ਹੁਣ ਸੂ ਮੋਟੋ ਸੂ ਮੋਟੋ ਤੁਸੀਂ ਕਿਵੇਂ ਲੈ ਸਕਦੇ ਕਿਸੇ ਦਿਨ ਤੁਸੀਂ ਸੂ ਮੋਟੋ ਲੈ ਲੋਗੇ ਪੰਜ ਬੰਦੇ ਇਕੱਠੇ ਹੋਵੋ ਤਾਂ ਸੂ ਮੋਟੋ ਲੈ ਲਓ ਮੈਂ ਸਮਝਦਾ ਕਿ ਜਥੇਦਾਰਾਂ ਨੇ ਆਪਣੀ ਪੋਜੀਸ਼ਨ ਨੂੰ ਵੀ ਹਲਕਾ ਕੀਤਾ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਸਿੱਖਾਂ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਤੇ ਬਾਕੀ ਜਥੇਦਾਰਾਂ ਦੀ ਬਹੁਤ ਮੰਨਤਾ ਹੈ ਉਹਨਾਂ ਪ੍ਰਤੀ ਸ਼ਰਧਾ ਉਹਨਾਂ ਪ੍ਰਤੀ ਸਮਰਪਣ ਇਸ ਕਰਕੇ ਇਹਨਾਂ ਇੰਸਟੀਚਿਊਸ਼ਨ ਨੂੰ ਬਰਬਾਦ ਨਾ ਕਰੋ ਸਾਡੇ ਇੱਕ ਸ਼੍ਰੋਮਣੀ ਕਾਲੀ ਦਲ ਵੀ ਦੋ ਪਾਟਾਂ ਦੇ ਵਿਚਕਾਰ ਵੜਿਆ ਹੋਇਆ ਹੈ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਤੁਸੀਂ ਕਿਸ ਪਾਸੇ ਹੋ ਮੇਰਾ ਇਹ ਕਹਿਣਾ ਹੈ ਕਿ ਹੁਣ ਸ਼ੋਵਨੀ ਅਕਾਲੀ ਦਲ ਵਾਸ਼ ਆਊਟ ਹੀ ਹੋ ਗਿਆ ਇਹ ਦੋਨਾਂ ਨੂੰ ਮੰਨ ਲੈਣਾ ਚਾਹੀਦਾ ਉਹ ਜਿਹੜਾ ਅਕਾਲੀ ਦਲ ਉਹ ਵੀ ਆਰਐਸਐਸ ਦੀ ਗੋਦ ਵਿੱਚ ਬੈਠਾ ਇਹ ਵੀ ਅਕਾਲੀ ਦਲ ਕੋਸ਼ਿਸ਼ ਕਰ ਰਿਹਾ ਸੀ ਆਰਐਸਐਸ ਦੀ ਗੋਦ ਇਹ ਕੰਪੀਟੀਸ਼ਨ ਆਰਐਸਐਸ ਦੀ ਗੋਦ ਵਿੱਚ ਬੈਠਣ ਦਾ ਇਹਦਾ ਕੋਈ ਲੈਣਾ ਦੇਣਾ ਨਹੀਂ ਮੈਂ 15 ਜਨਵਰੀ ਤੋਂ ਲੈ ਕੇ 20 ਜਨਵਰੀ ਤੱਕ ਇੱਕ ਯਾਤਰਾ ਕੀਤੀ ਸੀ ਜਿਹੜਾ ਜਦੋਂ ਇੰਡੀਆ ਗਠਜੰਬੰਦਨ ਹੋਇਆ ਤੇ ਮੈਂ ਜੰਮੂ ਵੀ ਗਿਆ ਗੁਰਦਾਸਪੁਰ ਵੀ ਗਿਆ ਤੇ ਮੈਂ ਸ਼ੋਵਨੀ ਗੁਰਦਾਰਾ ਪ੍ਰਬੰਧਕ ਕਮੇਟੀ ਗੁਰਚਨ ਸਿੰਘ ਗਰੇਵਾਲ ਨੂੰ ਵੀ ਮਿਲਿਆ ਉੱਥੇ ਸਾਡੀ ਮੀਟਿੰਗ ਹੋਈ ਮ ਅਸੀਂ ਉੱਥੇ ਇਹ ਗੱਲ ਕਹੀ ਕਿ ਤੁਸੀਂ ਇੰਡੀਆ ਗਠਬੰਧਨ ਨਾ ਲਾ ਦੇਓ ਕਿਉਂਕਿ ਸਾਡਾ ਵਿਚਾਰ ਸੈਕੂਲਰ ਕੈਡੈਂਸ਼ਲ ਹੈ ਸਾਡਾ ਕਮਿਊਨਲ ਤੇ ਜਿਸ ਲਾਈਨ ਦੇ ਉੱਤੇ ਮੋਦੀ ਜੀ ਜਾ ਰਹੇ ਨੇ ਇਸ ਲਾਈਨ ਦੇ ਉੱਤੇ ਅਸੀਂ ਨਹੀਂ ਜਾ ਸਕਦੇ ਮੈਨੂੰ ਖੁਸ਼ੀ ਹੈ ਕਿ ਉਸ ਤੋਂ ਬਾਅਦ ਅਕਾਲੀ ਦਲ ਨੇ ਆਪਣੇ ਆਪ ਨੂੰ ਵਿਡਰਾ ਕੀਤਾ ਬਾਹਰ ਨਿਕਲ ਅਸੀਂ ਕਹੇ ਤੁਸੀਂ ਗਠਬੰਧਨ ਹੁਣ ਗਠਬੰਧਨ ਤਾਂ ਆ ਸਕਣ ਨਾ ਦੈਟ ਇਜ਼ ਪਰ ਮੇਰਾ ਇਹ ਕਹਿਣਾ ਹੈ ਕਿ ਇਸ ਵੇਲੇ ਅਕਾਲੀ ਦਲ ਨਾ ਦੀ ਜਿਹੜੀ ਅੱਜ ਚਾਰ ਜਿਮਨੀ ਚੋਣਾਂ ਦੇ ਨੇ ਸਿੱਧ ਕਰਤਾ ਕਿ ਹੁਣ ਅਕਾਲੀ ਦਲ ਨਾ ਦੀ ਕੋਈ ਚੀਜ਼ ਨਹੀਂ ਹੈ ਦੁਬਾਰਾ ਤੋਂ ਰਿਵਾਈਵ ਕਰਨ ਬੈਠਣ ਸਮਝਣ ਵਿਚਾਰ ਕਰਨ ਆਤਮ ਮਨਤਨ ਕਰਨ ਤਾਂ ਕਰਕੇ ਕਿਤੇ ਨਤੀਜੇ ਤੇ ਪਹੁੰਚ ਸਕਦੇ ਨੇ ਜੇ ਹਾਲਾਤ ਇਹ ਚ ਹੈ ਇਸ ਐਸੇ ਹਾਲਾਤ ਅਸੀਂ ਆਜ਼ਾਦੀ ਤੋਂ ਪਹਿਲਾਂ ਵੀ ਨਹੀਂ ਦੇਖੇ ਸੀ ਉਸ ਵੇਲੇ ਵੀ ਨਹੀਂ ਦੇਖੇ ਜਦੋਂ ਪਾਰਟੀਸ਼ਨ ਹੋ ਰਿਹਾ ਸੀ ਉਸ ਵੇਲੇ ਕੋਈ ਕਟੋਕੜ ਲੀਡਰ ਸੀ ਮਾਸਟਰ ਤਾਰਾ ਸਿੰਘ ਵਰਗਾ ਹੁਣ ਤਾਂ ਲੀਡਰਸ਼ਿਪ ਲੀਡਰਲੈਸ ਹੀ ਹੋ ਗਈ ਕੌਮ ਦਾ ਸਾਡੇ ਨਾਲ ਦਾਇਰ ਸਿੰਘ ਜੀ ਸੀ ਮੌਜੂਦ ਹੋ ਕੇ ਕਹਿ ਰਹੇ ਸੀ ਕਿ ਕਿਤੇ ਨਾ ਕਿਤੇ ਬਹੁਤ ਚਿੰਤਾ ਦਾ ਵਿਸ਼ੇ ਹੈ ਜਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਨੇ ਬਾਈ ਇਲੈਕਸ਼ਨ ਤੋਂ ਕੋਰੀ ਨਾ ਕਰ ਦਿੱਤੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਇਸ ਵੇਲੇ ਅਕਾਲੀ ਦਲ ਨੂੰ ਰਿਵਾਈਵ ਕਰਨ ਦੀ ਲੋੜ ਹੈ ਇੱਕ ਵੱਡੀਆਂ ਲੀਡਰਸ਼ਿਪ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈਗੀ ਹੈ ਔਰ ਦੇਖਣਾ ਇਹ ਹੋਏਗਾ ਕਿ ਐਸਟਪੀਸੀ ਚੋਣਾ ਦੇ ਵਿਚਕਾਰ ਅੱਜ ਕੋਣ ਜਿੱਤ ਹਾਸਲ ਕਰਦਾ ਤੇ ਆਉਣ ਵਾਲੇ ਦਿਨਾਂ ਦੇ ਵਿਚਾਰ ਜੇ ਹੈ ਸ਼੍ਰੋਮਣੀ ਕਾਲੀ ਦਲ ਕਿਸ ਤਰਫ ਮੁੜਦਾ ਹੈ ਕੈਮਰਾਮੈਨ ਗਣੇਸ਼ ਤੇ ਨਿਰੂਪ ਚਰਵੰਦ ਐਨਿਕਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप